ਜਿਵੇਂ ਉਹਦੇ ਵਿੱਚ ਦਿਖਾਇਆ ਗਿਆ ਕਿ ਉਹਨਾਂ ਦੀ ਪਹਿਲਾਂ ਦੋਸਤੀ ਸੀ ਕੁੱਕਰ ਦੀ ਤੇ ਸੁੱਚੇ ਦੀ, ਤੇ ਇਹ ਅਸਲ ਕਹਾਣੀ ਦੇ ਵਿੱਚ ਵੀ ਏਦਾਂ ਹੀ ਆ ਕਿ ਉਹਨਾਂ ਦੀ ਪਹਿਲਾਂ ਦੋਸਤੀ ਸੀ, ਉਦੋਂ ਬਾਅਦ ਦੇ ਵਿੱਚ ਨਰੈਣੇ ਦਾ ਵਿਆਹ ਹੁੰਦਾ, ਫਿਰ ਜਿਹੜਾ ਕੁੱਕਰ ਆ ਨਾ ਉਹ ਜਾਣ ਬੁੱਝ ਕੇ ਸੁੱਚੇ ਨੂੰ ਫੌਜ ਵਿੱਚ ਭੇਜਦਾ। ਸੁੱਚੇ ਦਾ ਫੌਜ ਵਿੱਚ ਜਾਣਾ ਇਹ ਵੀ ਕੁੱਕਰ ਦੇ ਪਲਾਨ ਦਾ ਹੀ ਇੱਕ ਹਿੱਸਾ ਸੀ। ਉਦੋਂ ਬਾਅਦ ਵਿੱਚ ਸਾਰੀਆਂ ਚੀਜ਼ਾਂ ਅੱਗੇ ਵਧੀਆਂ ਨੇ। ਹੋ ਸਕਦਾ ਜੋ ਮੈਨੂੰ ਲੱਗ ਰਿਹਾ ਕਿ ਇਹ ਫਿਲਮ ਪਹਿਲਾ ਪਾਰਟ ਹੋਵੇ, ਹੋ ਸਕਦਾ ਇਹ ਦੋ ਪਾਰਟਾਂ ਵਾਲੀ ਫਿਲਮ ਹੋਵੇ, ਇਹਦਾ ਅਗਲਾ ਪਾਰਟ ਵੀ ਆਉਣਾ ਹੋਵੇ। ਅਗਰ ਮੇਕਰਸ ਨੇ ਇਸ ਤਰੀਕੇ ਨਾਲ ਸੋਚਿਆ ਤਾਂ ਫਿਰ ਮੈਂ ਕਹੂੰਗਾ ਕਿ ਇੱਕ ਬਹੁਤ ਸਮਾਰਟ ਮੂਵ ਹੈ, ਤੇ ਅਗਰ ਦੋ ਪਾਰਟ ਆਉਣਗੇ ਤਾਂ ਹੋਰ ਵੀ ਵਧੀਆ ਹੋਣਾ। ਨਾ ਯਾਰ ਮੈਨੂੰ ਭੁੱਕਰ ਵਾਲੇ ਐਕਟਰ ਦੀ ਬੜੀ ਵਧੀਆ ਪਰਫਾਰਮੈਂਸ ਲੱਗੀ ਆ, ਮੈਂ ਨਾਮ ਨਹੀਂ ਜਾਣਦਾ ਉਸ ਐਕਟਰ ਦਾ, ਬਟ ਸਭ ਤੋਂ ਅਗਰ ਕੋਈ ਸ਼ਾਈਨ ਕੀਤਾ ਟ੍ਰੇਲਰ ਦੇ ਵਿੱਚ ਤਾਂ ਉਹ ਭੁੱਕਰ ਦਾ ਕਰੈਕਟਰ ਕੀਤਾ, ਉਸਨੇ ਸਾਰਿਆਂ ਨੂੰ ਓਵਰਸ਼ੈਡੋ ਕੀਤਾ, ਇਹ ਗੱਲ ਤਾਂ ਮੰਨਣੀ ਪੈਣੀ ਆ। ਇੱਕ ਟੋਨ ਹੁੰਦੀ ਹੈ ਨਾ ਫਿਲਮ ਦੀ, ਕਲਰ ਟੋਨ, ਖਾਸ ਕਰਕੇ ਇਤਿਹਾਸਕ ਫਿਲਮਾਂ ਦੀ, ਉਹ ਮੈਨੂੰ ਇਸ ਵਿੱਚ ਕਮੀ ਲੱਗੀ। ਜਦੋਂ ਗੱਲ ਕੀਤੀ ਗਈ ਹੈ 1915 ਦੇ ਪੰਜਾਬ ਦੀ, ਹੈ ਨਾ ਪੁਰਾਣਾ ਪੰਜਾਬ, ਤਾਂ ਉਹਦੀ ਨਾ ਇੱਕ ਸਲਾਈਟਲੀ ਥੋੜੀ ਫਿੱਕੀ ਜੀ ਬਰਾਊਨਿਸ਼ ਜੀ ਟੋਨ ਹੁੰਦੀ ਹੈ ਉਹਨਾਂ ਫਿਲਮਾਂ ਦੀ। ਪ੍ਰਾਈਮ ਐਗਜ਼ਾਮਪਲ ਮੈਂ ਦੇ ਦਿੰਦਾ ਆਪਣੀ ਅੰਗਰੇਜ਼ ਫਿਲਮ, ਬੈਸਟ ਐਗਜ਼ਾਮਪਲ ਆ, ਉਹ ਫੀਲ ਹੁੰਦਾ ਕਿ ਹਾਂ ਆਪਾਂ ਉਸੇ ਪੰਜਾਬ ਦੇ ਵਿੱਚ ਆ। ਹਾਂਜੀ, ਕਿਹਨੇ ਕਿਹਨੇ ਦੇਖ ਲਿਆ ਸੁੱਚਾ ਸੂਰਮਾ ਫਿਲਮ ਦਾ ਟ੍ਰੇਲਰ? ਅਗਰ ਤੁਸੀਂ ਅਜੇ ਤੱਕ ਨਹੀਂ ਦੇਖਿਆ ਤਾਂ ਦੇਖ ਕੇ ਆਓ, ਉਦੋਂ ਬਾਅਦ ਵਿੱਚ ਇਹ ਵੀਡੀਓ ਦੇਖਿਓ। ਯਾਰ ਮੈਨੂੰ ਬੜਾ ਇੰਤਜ਼ਾਰ ਹੁੰਦਾ ਇਹਨਾਂ ਫਿਲਮਾਂ ਦਾ ਜੋ ਆਪਣੀ ਹਿਸਟਰੀ ਦੇ ਉੱਪਰ ਬੇਸਡ ਹੁੰਦੀ ਹੈ, ਜਿਨ੍ਹਾਂ ਵਿੱਚ ਆਪਣੇ ਇਤਿਹਾਸਕ ਪਾਤਰ ਦਿਖਾਏ ਜਾਂਦੇ ਨੇ। ਤੇ ਇੱਕ ਚੰਗੀ ਗੱਲ ਇਹ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਇਸ ਤਰ੍ਹਾਂ ਦੀਆਂ ਫਿਲਮਾਂ ਬਣ ਵੀ ਰਹੀਆਂ ਨੇ। ਪਿਛਲੇ ਸਾਲ ਮਸਤਾਨੇ ਆਈ ਸੀ, ਮੌੜ ਆਈ ਸੀ, ਇਸ ਸਾਲ ਬੀਬੀ ਰਜਨੀ ਫਿਲਮ ਆ ਚੁੱਕੀ ਆ, ਹੁਣ ਸੁੱਚਾ ਸੂਰਮਾ ਆਉਣ ਵਾਲੀ ਆ, ਤੋ ਹੋਰ ਵੀ ਕਹਿੰਦੇ ਨੇ ਕਿ ਇੱਕ ਦੋ ਫਿਲਮਾਂ ਆਉਣੀਆਂ ਨੇ। ਤੋ ਇਹ ਚੰਗਾ ਹੁੰਦਾ ਕਿ ਆਪਣੇ ਲੋਕਾਂ ਨੂੰ ਘੱਟੋ ਘੱਟ ਆਪਣੇ ਇਤਿਹਾਸ ਬਾਰੇ ਪਤਾ ਤਾਂ ਲੱਗੇ, ਚਾਹੇ ਫਿਲਮਾਂ ਜ਼ਰੀਏ ਹੀ ਸਹੀ, ਫਿਲਮਾਂ ਜ਼ਰੀਏ ਹੀ ਹੁਣ ਆਪਣੇ ਲੋਕਾਂ ਨੂੰ ਹੌਲੀ ਹੌਲੀ ਪਤਾ ਲੱਗ ਰਿਹਾ ਆਪਣੇ ਉਹਨਾਂ ਕਿਰਦਾਰਾਂ ਬਾਰੇ। ਜੇ ਗੱਲ ਕਰੀਏ ਇਸ ਟ੍ਰੇਲਰ ਦੀ ਤਾਂ ਮੈਂ ਕਹੂੰਗਾ ਕਿ ਇਤਿਹਾਸਕ ਪੱਖੋਂ ਤਾਂ ਇਹ ਫਿਲਮ ਸਹੀ ਦਿਸ਼ਾ 'ਚ ਜਾ ਰਹੀ ਆ। ਜੋ ਉਹਨਾਂ ਦੀ ਅਸਲ ਕਹਾਣੀ ਹੈ ਸੁੱਚੇ ਸੂਰਮੇ ਦੀ ਕੁੱਕਰ ਦੀ, ਉਸੇ ਚੀਜ਼ ਨੂੰ ਫੋਲੋ ਕੀਤਾ ਜਾ ਰਿਹਾ ਟ੍ਰੇਲਰ ਤੋਂ, ਤਾਂ ਇਹੀ ਲੱਗਦਾ। ਜਿਵੇਂ ਉਹਦੇ ਵਿੱਚ ਦਿਖਾਇਆ ਗਿਆ ਕਿ ਉਹਨਾਂ ਦੀ ਪਹਿਲਾਂ ਦੋਸਤੀ ਸੀ ਕੁੱਕਰ ਦੀ ਤੇ ਸੁੱਚੇ ਦੀ, ਤੇ ਇਹ ਅਸਲ ਕਹਾਣੀ ਦੇ ਵਿੱਚ ਵੀ ਏਦਾਂ ਹੀ ਆ ਕਿ ਉਹਨਾਂ ਦੀ ਪਹਿਲਾਂ ਦੋਸਤੀ ਸੀ, ਉਦੋਂ ਬਾਅਦ ਦੇ ਵਿੱਚ ਨਰੈਣੇ ਦਾ ਵਿਆਹ ਹੁੰਦਾ, ਫਿਰ ਜਿਹੜਾ ਕੁੱਕਰ ਆ ਨਾ ਉਹ ਜਾਣ ਬੁੱਝ ਕੇ ਸੁੱਚੇ ਨੂੰ ਫੌਜ ਵਿੱਚ ਭੇਜਦਾ। ਸੁੱਚੇ ਦਾ ਫੌਜ ਵਿੱਚ ਜਾਣਾ ਇਹ ਵੀ ਕੁੱਕਰ ਦੇ ਪਲਾਨ ਦਾ ਹੀ ਇੱਕ ਹਿੱਸਾ ਸੀ। ਉਦੋਂ ਬਾਅਦ ਵਿੱਚ ਸਾਰੀਆਂ ਚੀਜ਼ਾਂ ਅੱਗੇ ਵਧੀਆਂ ਨੇ, ਤੇ ਉਹ ਚੀਜ਼ ਹੀ ਇਸ ਫਿਲਮ ਵਿੱਚ ਆਪਾਂ ਨੂੰ ਨਜ਼ਰ ਆਵੇਗੀ। ਏਦਾਂ ਟ੍ਰੇਲਰ ਦੇਖ ਕੇ ਤਾਂ ਏਦਾਂ ਹੀ ਲੱਗਦਾ। ਬਾਕੀ ਇੱਕ ਚੀਜ਼ ਮੈਂ ਹੋਰ ਨੋਟ ਕਰੀ ਹੈ ਟ੍ਰੇਲਰ ਦੇ ਵਿੱਚ ਕਿ ਇਹ ਫਿਲਮ ਨਾ ਸ਼ਾਇਦ ਸਿਰਫ ਕੁੱਕਰ ਅਤੇ ਸੁੱਚੇ ਦੀ ਦੁਸ਼ਮਣੀ ਦੇ ਆਲੇ ਦੁਆਲੇ ਹੀ ਹੋਣੀ, ਸ਼ਾਇਦ ਸੁੱਚੇ ਦੀ ਜ਼ਿੰਦਗੀ ਦੇ ਇੱਕ ਪਾਰਟ ਦੇ ਉੱਪਰ ਹੈ। ਕਿਉਂਕਿ ਜੇ ਉਹਦੀ ਪੂਰੀ ਜ਼ਿੰਦਗੀ ਦੇਖੀਏ ਤਾਂ ਉਹਦਾ ਜੋ ਸੂਰਮੇ ਵਾਲਾ ਜੋ ਕਿਰਦਾਰ ਆ, ਹਨਾ ਉਹਦੀ ਸੂਰਮੇ ਵਾਲੀ ਜ਼ਿੰਦਗੀ, ਉਹ ਕੁੱਕਰ ਤੋਂ ਤਾਂ ਸ਼ੁਰੂ ਹੋਈ ਸੀ, ਉਹਦਾ ਪਹਿਲਾ ਕਤਲ ਕੁੱਕਰ ਸੀ, ਉਦੋਂ ਬਾਅਦ ਦੇ ਵਿੱਚ ਉਹਦੀ ਜ਼ਿੰਦਗੀ ਅੱਗੇ ਸ਼ੁਰੂ ਹੁੰਦੀ ਹੈ। ਐਂਡ ਉਹਨੇ ਹੋਰ ਵੀ ਕਈ ਕਾਂਡ ਕੀਤੇ ਸੀਗੇ ਸੁੱਚੇ ਨੇ, ਜਿਹਦੇ ਨਾਲ ਉਹਦਾ ਨਾਮ ਬਣ ਗਿਆ ਸੀ ਪੂਰੇ ਪੰਜਾਬ ਦੇ ਵਿੱਚ, ਤੇ ਉਹਨਾਂ ਬਾਰੇ ਹਜੇ ਤੱਕ ਆਪਾਂ ਨੂੰ ਟ੍ਰੇਲਰ ਵਿੱਚ ਕੁਝ ਅਜੇ ਨਹੀਂ ਦਿਖਾਇਆ ਗਿਆ। ਸ਼ਾਇਦ ਹੋ ਸਕਦਾ ਜੋ ਮੈਨੂੰ ਲੱਗ ਰਿਹਾ ਕਿ ਇਹ ਫਿਲਮ ਪਹਿਲਾ ਪਾਰਟ ਹੋਵੇ, ਹੋ ਸਕਦਾ ਇਹ ਦੋ ਪਾਰਟਾਂ ਵਾਲੀ ਫਿਲਮ ਹੋਵੇ, ਇਹਦਾ ਅਗਲਾ ਪਾਰਟ ਵੀ ਆਉਣਾ ਹੋਵੇ।
ਅਗਰ ਮੇਕਰਸ ਨੇ ਇਸ ਤਰੀਕੇ ਨਾਲ ਸੋਚਿਆ ਤਾਂ ਫਿਰ ਮੈਂ ਕਹੂੰਗਾ ਕਿ ਇੱਕ ਬਹੁਤ ਸਮਾਰਟ ਮੂਵ ਹੈ, ਤੇ ਅਗਰ ਦੋ ਪਾਰਟ ਆਉਣਗੇ ਤਾਂ ਹੋਰ ਵੀ ਵਧੀਆ ਹੋਣਾ। ਸ਼ਾਇਦ ਪਹਿਲੇ ਪਾਰਟ ਵਿੱਚ ਉਹ ਲੋਕ ਕੁੱਕਰ ਅਤੇ ਸੁੱਚੇ ਤੇ ਹੀ ਫੋਕਸ ਕਰਨਗੇ, ਫਾਈਨਲ ਬੈਟਲ ਇਹਨਾਂ ਦੌਰਾਨ ਹੋਣੀ ਆ। ਬਾਕੀ ਦੇਖੋ ਫਿਲਮ ਦੇਖੋ ਤਾਂ ਪਤਾ ਲੱਗਣਾ ਕਿ ਅੱਗੇ ਕੀ ਹੁੰਦਾ। ਜੇ ਗੱਲ ਕੀਤੀ ਜਾਵੇ ਪਰਫਾਰਮੈਂਸ ਦੀ ਤਾਂ ਸਪੈਸ਼ਲੀ ਨਾ ਯਾਰ ਮੈਨੂੰ ਕੁੱਕਰ ਵਾਲੇ ਐਕਟਰ ਦੀ ਬੜੀ ਵਧੀਆ ਪਰਫਾਰਮੈਂਸ ਲੱਗੀ ਆ। ਮੈਂ ਨਾਮ ਨਹੀਂ ਜਾਣਦਾ ਉਸ ਐਕਟਰ ਦਾ, ਬਟ ਸਭ ਤੋਂ ਅਗਰ ਕੋਈ ਸ਼ਾਈਨ ਕੀਤਾ ਟ੍ਰੇਲਰ ਦੇ ਵਿੱਚ ਤਾਂ ਉਹ ਕੁੱਕਰ ਦਾ ਕਰੈਕਟਰ ਕੀਤਾ, ਉਸਨੇ ਸਾਰਿਆਂ ਨੂੰ ਓਵਰਸ਼ੈਡੋ ਕੀਤਾ। ਇਹ ਗੱਲ ਤਾਂ ਮੰਨਣੀ ਪੈਣੀ ਆ। ਮੈਂ ਕਿਸੇ ਦਾ ਫੈਨ ਨਹੀਂ ਆ ਕਿਸੇ ਦਾ ਪਰਸਨਲੀ, ਜਦੋਂ ਮੈਂ ਫਿਲਮਾਂ ਦੇਖਦਾ ਤਾਂ ਮੈਂ ਇਹ ਚੀਜ਼ ਬੜੀ ਨੋਟਿਸ ਕਰਦਾ ਕਿ ਚਾਹੇ ਕਿੱਡਾ ਵੀ ਵੱਡਾ ਐਕਟਰ ਹੋਵੇ ਮੈਂ ਇਹ ਦੇਖਦਾ ਪਰਫਾਰਮੈਂਸ ਕਿਹਦੀ ਸਿਰਾ ਹੀ। ਤਾਂ ਇਹ ਗੱਲ ਮੈਂ ਕਹਿ ਰਿਹਾ ਕਿ ਬੱਬੂ ਮਾਨ ਦੇ ਸੁੱਚੇ ਕਰੈਕਟਰ ਨੂੰ ਵੀ ਉਹਨੇ ਓਵਰਸ਼ੈਡੋ ਕੀਤਾ ਫਿਲਮ ਦੇ ਵਿੱਚ। ਬਾਕੀ ਟ੍ਰੇਲਰ ਦੇ ਵਿੱਚ ਨਾ ਸੁੱਚੇ ਦੇ ਡਾਇਲੋਗ ਹੀ ਪੰਜ ਕੇ ਸ਼ਾਇਦ, ਜ਼ਿਆਦਾ ਕੁਝ ਦਿਖਾਇਆ ਵੀ ਨਹੀਂ ਗਿਆ। ਪਤਾ ਅਜੇ ਉਹਨਾਂ ਨਹੀਂ ਲੱਗਿਆ ਕਿ ਬੱਬੂ ਮਾਨ ਦਾ ਕੰਮ ਕਿਸ ਤਰ੍ਹਾਂ ਦਾ, ਉਹ ਫਿਲਮ ਵਿੱਚ ਹੀ ਪਤਾ ਲੱਗੇਗਾ। ਤੇ ਇੱਕ ਜੋ ਮੈਂ ਨੈਗੇਟਿਵ ਪੁਆਇੰਟ ਫਿਲਮ ਵਿੱਚ ਨੋਟ ਕਰ ਰਿਹਾ ਟ੍ਰੇਲਰ ਵਿੱਚ, ਕਿ ਇਸ ਫਿਲਮ ਦਾ ਨਾ ਕੋਈ ਕਲਰ ਥੀਮ ਨਹੀਂ ਆ। ਇੱਕ ਟੋਨ ਹੁੰਦੀ ਹੈ ਨਾ ਫਿਲਮ ਦੀ, ਕਲਰ ਟੋਨ, ਖਾਸ ਕਰਕੇ ਇਤਿਹਾਸਕ ਫਿਲਮਾਂ ਦੀ, ਉਹ ਮੈਨੂੰ ਇਸ ਵਿੱਚ ਕਮੀ ਲੱਗੀ। ਜਦੋਂ ਗੱਲ ਕੀਤੀ ਗਈ ਹੈ 1915 ਦੇ ਪੰਜਾਬ ਦੀ, ਹੈ ਨਾ ਪੁਰਾਣਾ ਪੰਜਾਬ, ਤਾਂ ਉਹਦੀ ਨਾ ਇੱਕ ਸਲਾਈਟਲੀ ਥੋੜ੍ਹੀ ਜਿਹੀ ਫਿੱਕੀ ਜਿਹੀ ਬ੍ਰਾਊਨਿਸ਼ ਜਿਹੀ ਟੋਨ ਹੁੰਦੀ ਹੈ ਉਹਨਾਂ ਫਿਲਮਾਂ ਦੀ। ਪ੍ਰਾਈਮ ਐਗਜ਼ਾਮਪਲ ਮੈਂ ਦੇ ਦਿੰਦਾ ਆਪਣੀ ਅੰਗਰੇਜ਼ ਫਿਲਮ, ਬੈਸਟ ਐਗਜ਼ਾਮਪਲ ਆ। ਉਹ ਫੀਲ ਹੁੰਦਾ ਕਿ ਹਾਂ ਆਪਾਂ ਉਸੇ ਪੰਜਾਬ ਦੇ ਵਿੱਚ ਆ, ਉਸ ਤਰੀਕੇ ਦੀ ਪਿਕਚਰ ਕੁਆਲਿਟੀ, ਉਸ ਤਰੀਕੇ ਦਾ ਕਲਰ ਥੀਮ, ਕਲਰ ਟੋਨ ਹੁੰਦੀ ਆ। ਉਹਦੇ ਤੋਂ ਇਲਾਵਾ ਸੱਜਣ ਸਿੰਘ ਰੰਗਰੂਟ ਐਂਡ ਮੌੜ ਫਿਲਮ ਵੀ ਬਹੁਤ ਉਹਨਾਂ ਵਿੱਚ ਵਧੀਆ ਇਸ ਦੇ ਉੱਤੇ ਕੰਮ ਕੀਤਾ ਗਿਆ ਸੀ ਕਿ ਆਪਾਂ ਨੂੰ ਫੀਲ ਹੁੰਦਾ ਕਿ ਇਹ ਉਹੀ ਪੰਜਾਬ ਆ। ਉਹ ਇੱਕ ਕਲਰ ਟੋਨ ਉਸ ਤਰੀਕੇ ਦੀ ਸੈੱਟ ਕੀਤੀ ਜਾਂਦੀ ਹੈ, ਉਹ ਕਲਰ ਥੀਮ ਹੁੰਦਾ। ਬੇਸਿਕਲੀ ਹਾਲੀਵੁੱਡ ਵਾਲੇ ਤਾਂ ਬਹੁਤ ਧਿਆਨ ਰੱਖਦੇ ਇਹਨਾਂ ਚੀਜ਼ਾਂ ਦਾ ਕਿ ਕਲਰ ਥੀਮ ਹੈ ਜਿਹੜਾ ਉਹ ਬਹੁਤ ਮਾਇਨੇ ਰੱਖਦਾ ਫਿਲਮ ਦੇ ਵਿੱਚ, ਜੋ ਕਿ ਮੈਨੂੰ ਇਸ ਫਿਲਮ ਵਿੱਚ ਥੋੜ੍ਹਾ ਜਿਹਾ ਮਿਸ ਲੱਗ ਰਿਹਾ। ਇਹਨੂੰ ਹਜੇ ਵੀ ਸੈੱਟ ਕਰ ਸਕਦੇ ਆ, ਹਜੇ ਫਿਲਮ ਰਿਲੀਜ਼ ਹੋਣ ਵਿੱਚ ਟਾਈਮ ਹੈ, ਹਜੇ ਵੀ ਇਹਨੂੰ ਇੱਕ ਕਲਰ ਟੋਨ ਦੇ ਸਕਦੇ ਆ। ਕਿਤੇ ਕਿਤੇ ਤਾਂ ਤੁਸੀਂ ਦੇਖੋ ਵੀ ਥੋੜ੍ਹੇ ਜਿਹਾ ਗੂੜੇ ਰੰਗ ਜ਼ਿਆਦਾ ਨਜ਼ਰ ਆਉਂਦੇ ਆ, ਤਾਂ ਉਹ ਇੱਕ ਟੋਨ ਨਹੀਂ ਆ, ਸੈੱਟ ਟੋਨ, ਇਹ ਇਸ ਟੋਨ ਦੀ ਫਿਲਮ ਆ। ਤੋ ਅਗਰ ਉਸ ਕਲਰ ਨੂੰ ਥੋੜ੍ਹਾ ਜਿਹਾ ਫਿੱਕਾ ਕਰਕੇ ਉਹਦੇ ਉੱਪਰ ਅਗਰ ਇੱਕ ਲੇਅਰ ਚੜਾ ਦੇਣ, ਇੱਕ ਟੋਨ ਦੇ ਦੇਣ, ਇੱਕ ਥੀਮ, ਤਾਂ ਇਹ ਫਿਲਮ ਮੈਂ ਕਹਿਣਾ ਕਿ ਬਹੁਤ ਵਧੀਆ ਬਣੇਗੀ। ਬਾਕੀ ਹੋਰਾਂ ਪੱਖਾਂ ਤੋਂ ਫਿਲਮ ਵਧੀਆ ਹੀ ਲੱਗ ਰਹੀ ਆ, ਅਜੇ ਤਾਂ ਫਿਲਮ ਆਉਣੀ ਆ, ਦੇਖਦੇ ਹਾਂ ਅੱਗੇ ਕੀ ਆਉਂਦਾ। ਫਿਲਮ ਦਾ ਮਿਊਜ਼ਿਕ ਇਹਦਾ ਮੈਂ ਪਹਿਲਾਂ ਹੀ ਸੁਣ ਚੁੱਕਿਆ, ਮਿਊਜ਼ਿਕ ਬਹੁਤ ਅੱਛਾ ਸੀ। ਬਾਕੀ ਫਿਲਮ ਦੇਖੇ ਤੋਂ ਪਤਾ ਲੱਗੇਗਾ ਕਿਸ ਤਰ੍ਹਾਂ ਦਾ। ਐਂਡ ਤੁਸੀਂ ਇਹ ਟ੍ਰੇਲਰ ਦੇਖ ਲਿਆ ਕਿ ਨਹੀਂ? ਅਗਰ ਦੇਖ ਲਿਆ ਤਾਂ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਵੇਂ ਲੱਗਿਆ। ਬਾਕੀ ਜੋ ਮੈਂ ਆ ਇੱਕ ਚੀਜ਼ ਦੇ ਵਿੱਚ ਦੱਸੀ ਆ ਕਲਰ ਟੋਨ ਵਾਲੀ, ਕੀ ਤੁਸੀਂ ਮੇਰੇ ਨਾਲ ਐਗਰੀ ਕਰਦੇ ਹੋ? ਇਹ ਵੀ ਦੱਸੋ, ਪਲੱਸ ਤੁਹਾਨੂੰ ਪਰਫਾਰਮੈਂਸ ਸਭ ਤੋਂ ਵਧੀਆ ਕਿਹਨੇ ਲੱਗੀ, ਇਹ ਵੀ ਜ਼ਰੂਰ ਦੱਸੇ। ਤੇ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ, ਲਾਈਕ ਤੇ ਕਮੈਂਟ ਕਰੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ।